ਨਹੀਂ ਪਤਾ ਹੋਊਗਾ ਨਾ, ਪਿੰਡੇ 'ਤੇ ਹੰਢਾਇਆ ਨਹੀਂ ਨਾ ਇੰਨਾ ਕੁਛ। ਜੰਮਦਿਆਂ ਨੂੰ ਸੋਨੇ ਦੇ ਚਮਚੇ ਮਿਲ ਗਏ, ਜੰਮਦਿਆਂ ਨੂੰ ਹੀ ਹੂਟਰਾਂ ਵਾਲੀਆਂ ਘੁੱਗੂ ਵਾਲੀਆਂ ਗੱਡੀਆਂ ਮਿਲ ਗਈਆਂ, ਜੰਮਦਿਆਂ ਨੂੰ ਪਹਾੜਾਂ ਵਾਲੇ ਸਕੂਲ ਮਿਲ ਗਏ, ਉਹ ਤੋਂ ਬਾਅਦ ਅਮਰੀਕੇ ਕਨੇਡਾ ਵਾਲੇ ਸਕੂਲ ਮਿਲ ਗਏ, ਉਹ ਤੋਂ ਬਾਅਦ ਆਉਂਦਿਆਂ ਨੂੰ ਹੀ ਡਿਪਟੀ ਸੀ ਐੱਮ ਮਿਲ ਗਿਆ, ਆਉਂਦੇ ਹੀ ਡਿਪਟੀ ਸੀ ਐੱਮ ਬਣ ਗਏ। ਉਹਨੇ ਧਰਤੀ 'ਤੇ ਕਦੇ ਜਾ ਕੇ ਨਹੀਂ ਦੇਖਿਆ ਥੱਲੇ ਵੀ 100 ਤੋਂ ਥੱਲੇ ਵੀ ਗਿਣਤੀ ਹੁੰਦੀ ਹੈ, ਉਹਨਾਂ ਦੀ ਗਿਣਤੀ 100 ਤੋਂ ਉੱਪਰ ਸ਼ੁਰੂ ਹੁੰਦੀ ਹੈ। ਸੋ ਇਸ ਕਰਕੇ ਅਸੀਂ ਕਿਉਂਕਿ ਆਏ ਹਾਂ ਤੁਹਾਡੇ ਵਰਗੇ, ਅਸੀਂ ਤਾਂ ਆਮ ਘਰਾਂ 'ਚੋਂ ਆਏ ਹਾਂ, ਮਤਲਬ ਅਸੀਂ ਵੀ ਨੌਕਰੀਆਂ ਵਾਸਤੇ ਅਰਜ਼ੀਆਂ ਦਿੱਤੀਆਂ ਹੋਈਆਂ। ਚਲੋ ਮੈਂ ਤਾਂ ਕਲਾਕਾਰ ਦੇ ਤੌਰ 'ਤੇ 17.5 ਸਾਲ ਦੀ ਉਮਰ 'ਚ ਪੜ੍ਹਦੇ ਪੜ੍ਹਦੇ ਪਲੱਸ ਟੂ 'ਚ ਮੈਂ ਤਾਂ ਸਟਾਰ ਬਣਾਤਾ ਸੀ, ਤੁਸੀਂ ਨਹੀਂ ਤਾਂ ਹੁੰਦਾ ਮੈਂ ਵੀ ਇੱਥੇ ਹੁੰਦਾ ਹੁਣ ਕਿਤੇ ਨਾ ਕਿਤੇ, ਮਤਲਬ ਕਿਸੇ ਅਰਜ਼ੀ ਉਰਜ਼ੀ ਦਿੱਤੀ ਹੁੰਦੀ, ਬੀ ਕੌਮ ਕਰਦੇ ਸੀ, ਕੋਈ ਬੈਂਕ ਬੁੰਕ 'ਚ ਲੋਕਾਂ ਦੇ ਪੈਸੇ ਗਿਣੀ ਜਾਂਦੇ ਹੈ ਨਾ, ਅਤੇ ਲੋਕਾਂ ਦੇ ਪੈਸੇ ਗਿਣ ਕੇ ਆਪ ਤੰਗ ਹੋ ਕੇ ਉਹਨਾਂ ਨੂੰ ਦੇਈ ਜਾਂਦੇ ਵੀ ਇਹ ਸਾਡੇ ਕੋਲ ਕਿਉਂ ਨਹੀਂ ਹੈਗੇ ਹੈ ਨਾ। ਸੋ ਇਹ ਜਿਹੜਾ ਖੁਸ਼ੀ ਹੈ ਜਿਹੜੀ ਨੌਕਰੀ ਮਿਲਣ ਦੀ, ਇਹਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਹੈਗੀ। ਸੋ ਅੱਜ ਤੁਹਾਡੇ ਮਾਤਾ ਪਿਤਾ ਆਏ ਨੇ, ਬਹੁਤ ਸਾਰਿਆਂ ਦੇ ਰਿਸ਼ਤੇਦਾਰ ਆਏ ਨੇ, ਅੱਜ ਖੁਸ਼ ਜਾਊਂਗੇ ਕਿ ਇਸੇ ਦਿਨ ਵਾਸਤੇ ਮਤਲਬ ਅਸੀਂ ਸੋਚਦੇ ਸੀ ਕਿ ਸੁਪਨਾ ਸੀ ਸਾਡਾ। ਸੋ ਸਰਕਾਰਾਂ ਦਾ ਕੰਮ ਇਹੀ ਹੁੰਦਾ, ਸਰਕਾਰਾਂ ਦਾ ਕੰਮ ਹੈ ਸਹੂਲਤਾਂ ਦੇਣੀਆਂ, ਨਾ ਕਿ ਲੋਕਾਂ ਨੂੰ ਤੰਗ ਕਰਨਾ। ਪੈਸੇ ਤੁਹਾਡੇ ਤਨਖਾਹਾਂ ਦੇ ਪੈਸੇ ਕਿੱਥੋਂ ਆਉਣਗੇ? ਤੁਸੀਂ ਹੀ ਦੇਣੇ ਨੇ, ਕਿਸੇ ਨਾ ਕਿਸੇ ਰੂਪ 'ਚ ਟੈਕਸ ਦਿੰਦੇ ਹੋ, ਉਹ ਟੈਕਸ ਇੱਥੇ ਆਉਂਦਾ, ਇੱਥੋਂ ਇੱਥੋਂ ਵਾਪਸ ਲੋਕਾਂ ਦੇ ਚਲਾ ਜਾਂਦਾ, ਕਿਤੇ ਬਿਜਲੀ ਫਰੀ ਦੇ ਰੂਪ 'ਚ ਚਲਾ ਜਾਂਦਾ, ਕਿਤੇ ਸਕੂਲਾਂ ਸਕੂਲ ਆਫ ਐਮੀਨੈਂਸ ਜਾਂ ਚੰਗੇ ਸ਼ਾਨਦਾਰ ਸਕੂਲ ਬਣਾਉਣ 'ਤੇ, ਜਾਂ ਫਰਨੀਚਰ ਜਾਂ ਉੱਥੇ ਟੀਚਰ ਰੱਖਣ 'ਤੇ ਚਲਾ ਜਾਂਦਾ, ਜਾਂ ਹਸਪਤਾਲ ਬਣਾਉਣ 'ਤੇ ਚਲਾ ਜਾਂਦਾ। ਪੈਸਾ ਤੁਹਾਡਾ ਸਰਕਲ ਹੈ ਬਸ, ਜਿਹੜੀ ਗੌਰਮੈਂਟ ਵਧੀਆ ਸਰਕਲ ਬਣਾ ਲੈਂਦੀ ਹੈ ਉਹਨੂੰ ਚੰਗੀ ਗੌਰਮੈਂਟ ਕਹਿੰਦੇ ਆ। ਪਹਿਲਾਂ ਵਾਲੀ ਗੌਰਮੈਂਟ ਕੀ ਕਰਦੀ ਸੀ, ਉਹ ਖਜ਼ਾਨੇ ਤੱਕ ਪਹੁੰਚ ਨਹੀਂ ਦਿੰਦੇ ਸੀ ਟੈਕਸ ਦਾ ਪੈਸਾ, ਲੀਕੇਜ ਸੀ ਬਹੁਤ, ਰਾਹ 'ਚ ਹੀ ਰਹਿ ਜਾਂਦੇ ਸੀਗੇ ਸਾਰੇ ਪੈਸੇ, ਅਤੇ ਅੱਗੇ ਲੱਗਣ ਨੂੰ ਫਿਰ ਪੈਸਾ ਕਿੱਥੋਂ ਹੋਊਗਾ? ਆਪਦੇ ਘਰਦਿਆਂ ਨੂੰ ਜਾਂ ਫਿਰ ਜੋ ਵੀ ਨੌਕਰੀਆਂ ਜਾਂ ਕੋਈ ਆਪਦੇ ਬੰਦਿਆਂ ਨੂੰ, ਬਸ ਨਹੀਂ ਪਤਾ ਹੋਊਗਾ ਨਾ, ਪਿੰਡੇ 'ਤੇ ਹੰਢਾਇਆ ਨਹੀਂ ਨਾ ਇੰਨਾ ਕੁਛ। ਜੰਮਦਿਆਂ ਨੂੰ ਸੋਨੇ ਦੇ ਚਮਚੇ ਮਿਲ ਗਏ, ਜੰਮਦਿਆਂ ਨੂੰ ਹੀ ਹੂਟਰਾਂ ਵਾਲੀਆਂ ਘੁੱਗੂ ਵਾਲੀਆਂ ਗੱਡੀਆਂ ਮਿਲ ਗਈਆਂ, ਜੰਮਦਿਆਂ ਨੂੰ ਪਹਾੜਾਂ ਵਾਲੇ ਸਕੂਲ ਮਿਲ ਗਏ, ਉਹ ਤੋਂ ਬਾਅਦ ਅਮਰੀਕੇ ਕਨੇਡਾ ਵਾਲੇ ਸਕੂਲ ਮਿਲ ਗਏ, ਉਹ ਤੋਂ ਬਾਅਦ ਆਉਂਦਿਆਂ ਨੂੰ ਹੀ ਡਿਪਟੀ ਸੀ ਐੱਮ ਮਿਲ ਗਿਆ, ਆਉਂਦੇ ਹੀ ਡਿਪਟੀ ਸੀ ਐੱਮ ਬਣ ਗਏ। ਉਹਨਾਂ ਨੇ ਧਰਤੀ 'ਤੇ ਕਦੇ ਜਾ ਕੇ ਨਹੀਂ ਦੇਖਿਆ ਥੱਲੇ ਵੀ 100 ਤੋਂ ਥੱਲੇ ਵੀ ਗਿਣਤੀ ਹੁੰਦੀ ਹੈ, ਉਹਨਾਂ ਦੀ ਗਿਣਤੀ 100 ਤੋਂ ਉੱਪਰ ਸ਼ੁਰੂ ਹੁੰਦੀ ਹੈ। ਸੋ ਇਸ ਕਰਕੇ ਅਸੀਂ ਕਿਉਂਕਿ ਆਏ ਹਾਂ ਤੁਹਾਡੇ ਵਰਗੇ, ਅਸੀਂ ਤਾਂ ਆਮ ਘਰਾਂ 'ਚੋਂ ਆਏ ਹਾਂ, ਮਤਲਬ ਅਸੀਂ ਵੀ ਨੌਕਰੀਆਂ ਵਾਸਤੇ ਅਰਜ਼ੀਆਂ ਦਿੱਤੀਆਂ ਹੋਈਆਂ। ਚਲੋ ਮੈਂ ਤਾਂ ਕਲਾਕਾਰ ਦੇ ਤੌਰ 'ਤੇ 17.5 ਸਾਲ ਦੀ ਉਮਰ 'ਚ ਪੜ੍ਹਦੇ ਪੜ੍ਹਦੇ ਪਲੱਸ ਟੂ 'ਚ ਮੈਂ ਤਾਂ ਸਟਾਰ ਬਣਾਤਾ ਸੀ, ਤੁਸੀਂ ਨਹੀਂ ਤਾਂ ਹੁੰਦਾ ਮੈਂ ਵੀ ਇੱਥੇ ਹੁੰਦਾ ਹੁਣ ਕਿਤੇ ਨਾ ਕਿਤੇ, ਮਤਲਬ ਕਿਸੇ ਅਰਜ਼ੀ ਉਰਜ਼ੀ ਦਿੱਤੀ ਹੁੰਦੀ, ਬੀ ਕੌਮ ਕਰਦੇ ਸੀ, ਕੋਈ ਬੈਂਕ ਬੁੰਕ 'ਚ ਲੋਕਾਂ ਦੇ ਪੈਸੇ ਗਿਣੀ ਜਾਂਦੇ ਹੈ ਨਾ, ਅਤੇ ਲੋਕਾਂ ਦੇ ਪੈਸੇ ਗਿਣ ਕੇ ਆਪ ਤੰਗ ਹੋ ਕੇ ਉਹਨਾਂ ਨੂੰ ਦੇਈ ਜਾਂਦੇ ਵੀ ਇਹ ਸਾਡੇ ਕੋਲ ਕਿਉਂ ਨਹੀਂ ਹੈਗੇ ਹੈ ਨਾ। ਸੋ ਇਹ ਜਿਹੜਾ ਖੁਸ਼ੀ ਹੈ ਜਿਹੜੀ ਨੌਕਰੀ ਮਿਲਣ ਦੀ, ਇਹਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਹੈਗੀ। ਸੋ ਅੱਜ ਤੁਹਾਡੇ ਮਾਤਾ ਪਿਤਾ ਆਏ ਨੇ, ਬਹੁਤ ਸਾਰਿਆਂ ਦੇ ਰਿਸ਼ਤੇਦਾਰ ਆਏ ਨੇ, ਅੱਜ ਖੁਸ਼ ਜਾਊਂਗੇ ਕਿ ਇਸੇ ਦਿਨ ਵਾਸਤੇ ਮਤਲਬ ਅਸੀਂ ਸੋਚਦੇ ਸੀ ਕਿ ਸੁਪਨਾ ਸੀ ਸਾਡਾ। ਸੋ ਸਰਕਾਰਾਂ ਦਾ ਕੰਮ ਇਹੀ ਹੁੰਦਾ, ਸਰਕਾਰਾਂ ਦਾ ਕੰਮ ਹੈ ਸਹੂਲਤਾਂ ਦੇਣੀਆਂ, ਨਾ ਕਿ ਲੋਕਾਂ ਨੂੰ ਤੰਗ ਕਰਨਾ।
ਪੈਸੇ ਤੁਹਾਡੇ ਤਨਖਾਹਾਂ ਦੇ ਪੈਸੇ ਕਿੱਥੋਂ ਆਉਣਗੇ? ਤੁਸੀਂ ਹੀ ਦੇਣੇ ਨੇ, ਕਿਸੇ ਨਾ ਕਿਸੇ ਰੂਪ 'ਚ ਟੈਕਸ ਦਿੰਦੇ ਹੋ। ਉਹ ਟੈਕਸ ਇੱਥੇ ਆਉਂਦਾ, ਇੱਥੋਂ ਇੱਥੋਂ ਵਾਪਸ ਲੋਕਾਂ ਦੇ ਚਲਾ ਜਾਂਦਾ, ਕਿਤੇ ਬਿਜਲੀ ਫਰੀ ਦੇ ਰੂਪ 'ਚ ਚਲਾ ਜਾਂਦਾ, ਕਿਤੇ ਸਕੂਲਾਂ ਸਕੂਲ ਆਫ ਐਮੀਨੈਂਸ ਜਾਂ ਚੰਗੇ ਸ਼ਾਨਦਾਰ ਸਕੂਲ ਬਣਾਉਣ 'ਤੇ, ਜਾਂ ਫਰਨੀਚਰ ਜਾਂ ਉੱਥੇ ਟੀਚਰ ਰੱਖਣ 'ਤੇ ਚਲਾ ਜਾਂਦਾ, ਜਾਂ ਹਸਪਤਾਲ ਬਣਾਉਣ 'ਤੇ ਚਲਾ ਜਾਂਦਾ। ਪੈਸਾ ਤੁਹਾਡਾ ਸਰਕਲ ਹੈ ਬਸ। ਜਿਹੜੀ ਗੌਰਮੈਂਟ ਵਧੀਆ ਸਰਕਲ ਬਣਾ ਲੈਂਦੀ ਹੈ ਉਹਨੂੰ ਚੰਗੀ ਗੌਰਮੈਂਟ ਕਹਿੰਦੇ ਆ। ਪਹਿਲਾਂ ਵਾਲੀ ਗੌਰਮੈਂਟ ਕੀ ਕਰਦੀ ਸੀ? ਉਹ ਖਜ਼ਾਨੇ ਤੱਕ ਪਹੁੰਚ ਨਹੀਂ ਦਿੰਦੇ ਸੀ ਟੈਕਸ ਦਾ ਪੈਸਾ, ਲੀਕੇਜ ਸੀ ਬਹੁਤ, ਰਾਹ 'ਚ ਹੀ ਰਹਿ ਜਾਂਦੇ ਸੀਗੇ ਸਾਰੇ ਪੈਸੇ, ਅਤੇ ਅੱਗੇ ਲੱਗਣ ਨੂੰ ਫਿਰ ਪੈਸਾ ਕਿੱਥੋਂ ਹੋਊਗਾ? ਆਪਦੇ ਘਰਦਿਆਂ ਨੂੰ ਜਾਂ ਫਿਰ ਜੋ ਵੀ ਨੌਕਰੀਆਂ ਜਾਂ ਕੋਈ ਆਪਦੇ ਬੰਦਿਆਂ ਨੂੰ ਬਸ।